ਆਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਆਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਰੋਵਰ ਦੇ ਅੰਮ੍ਰਿਤ ਸਰੋਵਰ ਦੇ ਪਵਿੱਤਰ ਜਲ ਨੂੰ ਉਹਨੇ ਇੱਦਾਂ ਆਪਣੇ ਹੱਥਾਂ ਵਿੱਚ ਲਿਆ, ਅੰਮ੍ਰਿਤ ਸਰੋਵਰ ਦੇ ਜਲ ਨੂੰ ਹੱਥਾਂ ਵਿੱਚ ਲਿਆ, ਹੱਥਾਂ ਵਿੱਚ ਪੌੜੀਆਂ ਕੋਲ ਬਿਠਾ ਦਿੱਤਾ ਸਰੋਵਰ ਦੀ ਜਲ ਲੈ ਕੇ। ਕਹਿੰਦੀ ਧੰਨ ਗੁਰੂ ਰਾਮਦਾਸ ਜੀ, ਮੈਂ ਤੇਰੇ ਦਰ ਦੀ ਬੜੀ ਸੋਭਾ ਸੁਣੀ ਹੈ, ਬਹੁਤ ਮਹਿਮਾ ਤੇਰੇ ਦਰ ਦੀ ਸੁਣੀ ਹੈ। ਕਿਰਪਾ ਕਰੀ ਪਾਤਸ਼ਾਹ, ਆ ਤੇਰਾ ਅੰਮ੍ਰਿਤ ਜਲ ਜਦੋਂ ਮੇਰੀਆਂ ਅੱਖਾਂ ਨੂੰ ਲੱਗੇ, ਮੈਨੂੰ ਤੇਰੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਣ। ਬੜੀ ਸ਼ਰਧਾ ਲੈ ਕੇ ਆਈ ਹਾਂ, ਮੈਨੂੰ ਤੇਰੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਜਾਣ। ਕਹਿੰਦੇ ਜਿਸ ਵੇਲੇ ਉਹ ਬੱਚੇ ਨੇ ਅੰਮ੍ਰਿਤ ਸਰੋਵਰ ਦਾ ਜਲ ਅੱਖਾਂ 'ਤੇ ਛਿੱਟੇ ਲਾਏ, ਜਿਹਨੇ ਕਦੀ ਆਪਣੀ ਮਾਂ ਨਹੀਂ ਸੀ ਵੇਖੀ ਪਿਆਰਿਓ, ਜਿਹਨੇ ਕਦੀ ਰੰਗ ਨਹੀਂ ਸੀ ਵੇਖੇ, ਜਿਹਨੇ ਕਦੀ ਆਪਣਾ ਘਰ ਨਹੀਂ ਸੀ ਵੇਖਿਆ, ਮੁੱਕਦੀ ਗੱਲ, ਜਿਹਨੇ ਕਦੀ ਆਪਣੇ ਆਪ ਨੂੰ ਨਹੀਂ ਸੀ ਵੇਖਿਆ, ਜਿਹਨੇ ਕਦੀ ਹੱਥ ਪੈਰ ਵੀ ਨਹੀਂ ਸੀ ਵੇਖੇ, ਧੰਨ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੋਈ। ਕਹਿੰਦੇ ਉਹ ਅੰਨੀ ਬੱਚੀ ਨੂੰ ਅੱਜ ਦਰਬਾਰ ਸਾਹਿਬ ਦੇ ਦਰਸ਼ਨ ਪਏ ਹੁੰਦੇ ਨੇ ਪਿਆਰਿਓ, ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ। ਨੇਤਰ ਪ੍ਰਗਾਸ ਕੀਏ ਗੁਰਦੇਵ, ਉਹ ਅੰਮ੍ਰਿਤ ਬਾਣੀ ਸਾਰਾ ਦਿਨ ਉਸ ਜਲ ਦੇ ਵਿੱਚ ਪੈਂਦੀ ਹੈ, ਉਹ ਜਲ ਉਹ ਬਾਣੀ ਸੁਣਦਾ ਹੈ। ਕਹਿੰਦੇ ਜਲ ਵਿੱਚ ਵੀ ਇੰਨੀ ਸ਼ਕਤੀ ਹੋ ਗਈ ਕਿ ਅੰਨਿਆਂ ਨੂੰ ਨੇਤਰਾਂ ਦੀ ਸ਼ਕਤੀ ਗੁਰੂ ਨੇ ਦੇ ਦਿੱਤੀ। ਸੁਣਿਆ ਅੰਧੇ ਪਾਵਹੇ ਰਾਹੂ, ਸੁਣਨ ਵਾਲੇ ਅੰਨਿਆਂ ਨੂੰ ਵੀ ਰੋਸ਼ਨੀ ਮਿਲ ਗਈ। ਆਹ ਜੇ ਕੱਲ੍ਹ ਦੀ ਉਹ ਗੱਲ ਹੈ, ਇੱਕ ਬੱਚਾ ਦਰਬਾਰ ਸਾਹਿਬ ਗਿਆ, ਉਹਨੇ ਛਿੱਟਾ ਲਾਇਆ ਅੱਖਾਂ 'ਤੇ, ਉਹ ਥੋੜ੍ਹਾ ਜਿਹਾ ਅੱਖ ਉਹਦੀ ਇੱਕ ਬਹੁਤ ਟੇਢੀ ਸੀ, ਕਿਰਪਾ ਹੋ ਗਈ, ਅੱਖਾਂ ਰਾਜੀ ਹੋ ਗਈਆਂ, ਉਹ ਫੇਸ ਨੈੱਟ ਦੇ ਉੱਤੇ ਘੁੰਮਦੀ ਪਈ ਫੋਟੋ। ਗੁਰੂ ਰਾਮਦਾਸ ਦਾ ਘਰ ਹੀ ਐਸਾ ਹੈ, ਅੰਮ੍ਰਿਤਸਰ ਸਤਿਗੁਰ ਸੱਤ ਵਾਦੀ, ਜਿੱਤ ਨਹਾਤਾ ਕਊਆ ਹੰਸ ਹੋਏ, ਉਹ ਪਵਿੱਤਰ ਅੰਮ੍ਰਿਤ ਸਰੋਵਰ ਹੈ ਪਿਆਰਿਓ। ਬੜੀਆਂ ਕਰਾਮਾਤਾਂ ਜੇ ਕਿਤੇ ਲਿਖਣ ਬਹਿ ਜਾਈਏ, ਵੱਡੇ ਵੱਡੇ ਗ੍ਰੰਥ ਭਰ ਜਾਣਗੇ, ਪਰ ਉਸ ਘਰ ਦੀ ਕਦੇ ਮਹਿਮਾ ਨਹੀਂ ਜੇ ਮੁੱਕਣੀ ਪਿਆਰਿਓ। ਸੋ ਇੱਦਾਂ ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹੇ ਰਾਹੂ, ਸੁਣਨ ਵਾਲਿਆਂ ਨੂੰ ਅੰਨਿਆਂ ਨੂੰ ਰਾਹ ਮਿਲ ਗਿਆ। ਵਾਸੂ ਭਰਦਵਾਜ ਵੇਖ ਲਓ, ਕੈਂਸਰ ਦਾ ਰੋਗੀ ਸੀ, ਰੱਬ ਦੇ ਨਾਮ ਦੀ ਬਾਬਤ ਉਹਨੂੰ ਕੈਂਸਰ ਹੋ ਗਿਆ ਸੀ। ਦੇਖੋ ਪਿਆਰੋ, ਵਾਸੂ ਭਰਦਵਾਜ ਨੂੰ ਜਿਹੜੀ ਇਹ ਮੈਂ ਬੇਨਤੀ ਤੁਹਾਨੂੰ ਕਰ ਰਿਹਾ ਨਾ, ਵਾਸੂ ਭਰਦਵਾਜ ਦੀ, ਯੂਟਿਊਬ ਦੇ ਉੱਤੇ ਇਹ ਨਾਸਾ ਦਾ ਵਿਗਿਆਨਿਕ ਸੀ, ਵਾਸੂ ਭਰਦਵਾਜ ਨਾਸਾ ਦਾ ਵਿਗਿਆਨਿਕ, ਯੂਟਿਊਬ ਦੇ ਉੱਤੇ ਇਹਨੇ ਆਪ ਆਪਣੀ ਆਪਣੇ ਮੂੰਹ ਤੋਂ ਬੋਲ ਕੇ ਵੀਡੀਓ ਪਾਈ ਹੋਈ ਹੈ, ਆਪਣੇ ਮੂੰਹ ਤੋਂ ਬੋਲ ਕੇ ਦੱਸਦਾ ਸੰਗਤ ਨੂੰ। ਇਹਨੂੰ ਪਿਆਰਿਓ ਹੱਡੀਆਂ ਦਾ ਕੈਂਸਰ ਸੀ, ਅਮੈਰੀਕਾ ਦੇ ਵਿੱਚ ਇਹ ਕੰਮ ਕਰਦਾ ਸੀ, ਡਾਕਟਰਾਂ ਨੇ ਇਹਨੂੰ ਲਿਖ ਕੇ ਦਿੱਤਾ ਇਹਨੂੰ ਬੋਨ ਕੈਂਸਰ ਹੈ ਜੀ, ਇਹ ਬੰਦਾ 90 ਦਿਨ ਤੋਂ ਵੱਧ ਜ਼ਿੰਦਗੀ ਨਹੀਂ ਜੀ ਸਕਦਾ। ਵਾਸੂ ਭਰਦਵਾਜ ਨੂੰ ਕਹਿੰਦੇ ਘਰੇ ਜਾ ਕੇ ਆਪਣੇ ਪਰਿਵਾਰ 'ਚ ਰਹਿ, ਤੇਰੇ ਕੋਲ ਉਮਰ ਥੋੜ੍ਹੀ ਹੈ, ਗਿਣਤੀ ਮਿਣਤੀ ਦੇ ਸਵਾਸ ਨੇ। ਵਾਸੂ ਭਰਦਵਾਜ ਘਰੇ ਆ ਗਿਆ, ਘਰ ਆ ਕੇ ਡਾਕਟਰਾਂ ਨੇ ਕਿਹਾ ਸੀ ਬਹੁਤੀ ਦੇਰ ਬੈਠੀ ਨਾ, ਕੱਚ ਵਰਗੀਆਂ ਹੱਡੀਆਂ ਨੇ, ਕਿਤੇ ਟੁੱਟ ਨਾ ਜਾਣ ਤੇਰੀਆਂ, ਹੱਡੀਆਂ ਵਿੱਚ ਜਾਨ ਨਹੀਂ ਰਹੀ, ਖਤਮ ਹੋ ਚੁੱਕੀਆਂ ਨੇ ਹੱਡੀਆਂ। ਲੰਮੇ ਪਿਆ ਰਹਿੰਦਾ, ਇਹਦਾ ਇੱਕ ਮਿੱਤਰ ਸੀ ਕੇਸਰਾ ਸਿੰਘ, ਕੇਸਰਾ ਸਿੰਘ ਵਾਸੂ ਭਰਦਵਾਜ ਨੂੰ ਕਹਿੰਦਾ ਚੱਲ ਤੈਨੂੰ ਗੁਰੂ ਰਾਮਦਾਸ ਜੀ ਦੇ ਘਰ ਲੈ ਕੇ ਚੱਲਾਂ। ਵਾਸੂ ਭਰਦਵਾਜ ਨੂੰ ਗੁਰੂ ਰਾਮਦਾਸ ਜੀ ਦੇ ਘਰ ਦੀ ਬਾਬਤ ਜਦੋਂ ਕਿਹਾ, ਤਾਂ ਉਹ ਸਾਇੰਟਿਸਟ ਸੀ, ਔਖਾ ਹੈ ਪਿਆਰੋ ਬੁੱਧੀਜੀਵਾਂ ਵਾਸਤੇ ਪਰਮੇਸ਼ਰ ਨੂੰ ਮੰਨਣਾ, ਜਿਨ੍ਹਾਂ ਨੇ ਕੇਵਲ ਦਿਮਾਗ ਤੋਂ ਹੀ ਸੋਚਿਆ ਹੋਵੇ, ਦਿਲ ਤੋਂ ਸੌਖਾ ਨਹੀਂ ਜੇ ਸੋਚਦੇ। ਵਾਸੂ ਭਰਦਵਾਜ ਕਹਿੰਦੇ ਮੰਨੇ ਨਾ, ਵਾਸੂ ਭਰਦਵਾਜ ਨੂੰ ਕੇਸਰਾ ਸਿੰਘ ਕਹਿੰਦਾ ਪਿਆਰ ਹੈ ਤੇਰੇ ਕੋਲ ਰਾਹ ਕੋਈ ਨਹੀਂ, 90 ਦਿਨ ਦੀ ਜ਼ਿੰਦਗੀ, ਡਾਕਟਰਾਂ ਨੇ ਤੈਨੂੰ ਸਰਟੀਫਿਕੇਟ ਦਿੱਤਾ ਹੋਇਆ, ਲਿਖ ਕੇ ਦਿੱਤਾ ਵੀ ਇਸ ਤੋਂ ਵੱਧ ਤੂੰ ਜ਼ਿੰਦਗੀ ਨਹੀਂ ਜੀ ਸਕਦਾ, ਇਸ ਕਰਕੇ ਤੂੰ ਮੇਰੀ ਮੰਨ, ਚੱਲ ਤੂੰ ਮੇਰੇ ਨਾਲ। ਵਾਸੂ ਭਰਦਵਾਜ ਨੂੰ ਲੈ ਕੇ ਕੇਸਰਾ ਸਿੰਘ, ਉਹਦੀ ਘਰਵਾਲੀ, ਵਾਸੂ ਭਰਦਵਾਜ ਦੀ ਘਰਵਾਲੀ ਅਤੇ ਉਹਦੀ ਬੇਟੀ ਲੈ ਕੇ ਤੁਰ ਪਏ ਦਰਬਾਰ ਸਾਹਿਬ ਪਹੁੰਚੇ, ਜਿੱਥੇ ਦੁੱਖ ਭੰਜਨੀ ਬੇਰੀ ਹੈ। ਪਹਿਲਾਂ ਇਹਨੂੰ ਉੱਥੇ ਇਸ਼ਨਾਨ ਕਰਵਾਇਆ, 4 ਬੰਦਿਆਂ ਨੇ ਇਸ਼ਨਾਨ ਕਰਵਾਇਆ, ਇਸ਼ਨਾਨ ਕਰਵਾ ਕੇ ਇੱਕ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ। ਉਸ ਪਾਠ ਵਾਲੇ ਕਮਰੇ ਦੇ ਵਿੱਚ ਵਾਸੂ ਭਰਦਵਾਜ ਨੂੰ ਇੱਕ ਖੂੰਜੇ ਵਿੱਚ ਟੇਢਾ ਜਿਹਾ ਢਾਸਣਾ ਲਾ ਕੇ ਲੰਮੇ ਪਾ ਦਿੱਤਾ, ਬਹਿ ਸਕਦਾ ਨਹੀਂ ਸੀ ਬਹੁਤੀ ਦੇਰ, ਜਵਾਬ ਸੀ ਡਾਕਟਰਾਂ ਵੱਲੋਂ, ਲੰਮੇ ਪਾ ਦਿੱਤਾ। ਅਤੇ ਵਾਸੂ ਭਰਦਵਾਜ ਆਪਣੀ ਜ਼ਬਾਨ ਤੋਂ ਕਹਿੰਦਾ ਮੈਂ ਉੱਥੇ ਲੰਮੇ ਪਿਆ। ਕਹਿੰਦੇ ਜਦੋਂ ਅਖੰਡ ਪਾਠ ਸਾਹਿਬ ਸ਼ੁਰੂ ਹੋਇਆ, ਪਾਠੀ ਸਿੰਘ ਜਦੋਂ ਪਾਠ ਕਰਦੇ ਨੇ, ਕਹਿੰਦਾ 8-9-10 ਘੰਟੇ ਲੰਘੇ, ਕਹਿੰਦਾ ਬਾਅਦ 'ਚੋਂ ਪਾਠ ਆਇਆ ਸੁਖਮਣੀ ਸਾਹਿਬ ਜੀ ਦਾ, ਸੁਖਮਣੀ ਸਾਹਿਬ ਦਾ ਪਾਠ, ਜਿਹਦਾ ਕਿ ਇਹ ਚੈਨਲ ਵਾਲੇ ਅੱਗੇ ਉਪਰਾਲਾ ਕਰਨਗੇ, ਆਪ ਜੀ ਨੂੰ ਹਰ ਕੀ ਕਥਾ ਸਮਾਗਮ ਦੇ ਵਿੱਚ ਗੁਰੂ ਦੀ ਅੰਮ੍ਰਿਤ ਬਾਣੀ ਤੋਂ ਜਾਣੂ ਕਰਾਈ ਜਾਣਗੇ। ਸੁਖਮਣੀ ਸਾਹਿਬ ਦੀ ਅੰਮ੍ਰਿਤ ਬਾਣੀ,
ਵਾਸੂ ਭਰਦਵਾਜ ਨੇ ਕਹਿੰਦੇ ਉਸ ਸਮੇਂ ਪਿਆਰਿਓ ਕਹਿੰਦੇ ਵਾਸੂ ਭਰਦਵਾਜ ਕਹਿੰਦਾ ਜਦੋਂ ਮੈਂ ਅੰਮ੍ਰਿਤ ਬਾਣੀ ਸੁਖਮਣੀ ਸਾਹਿਬ ਦੀ ਸੁਣੀ ਜਦੋਂ ਪੰਕਤੀਆਂ ਚੱਲੀਆਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਜਦੋਂ ਕਹਿੰਦਾ ਉਹ ਪੰਕਤੀਆਂ ਚੱਲੀਆਂ ਵਾਸੂ ਭਰਦਵਾਜ ਕਹਿੰਦਾ ਮੇਰੇ ਸਰੀਰ ਦੇ ਵਿੱਚ ਇੱਕਦਮ ਇੱਕ ਕੰਬਣੀ ਛਿੜੀ ਸਰੀਰ ਨੂੰ ਇੱਕਦਮ ਇੱਕ ਕੰਬਣੀ ਮਹਿਸੂਸ ਹੋਈ ਵਾਸੂ ਭਰਦਵਾਜ ਕਹਿੰਦਾ ਮੈਂ ਉਸੇ ਵੇਲੇ ਉੱਠਿਆ ਘਰਵਾਲੀ ਨੂੰ ਕਿਹਾ ਵੀ ਮੈਨੂੰ ਬਿਠਾਓ ਮੈਂ ਬਹਿਣਾ ਚਾਹੁੰਦਾ ਕੇਸਰਾ ਸਿੰਘ ਨੇ ਵਾਸੂ ਭਰਦਵਾਜ ਦੀ ਘਰਵਾਲੀ ਨੇ ਫੜ ਕੇ ਵਾਸੂ ਭਰਦਵਾਜ ਨੂੰ ਥੋੜ੍ਹੀ ਦੇਰ ਬਿਠਾ ਦਿੱਤਾ ਜਦੋਂ ਕਹਿੰਦਾ ਮੈਂ ਬੈਠਾ ਮੇਰਾ ਧਿਆਨ ਕੇਂਦਰਿਤ ਗੁਰਬਾਣੀ ਦੇ ਉੱਤੇ ਮੈਂ ਕਹਿੰਦਾ ਗੁਰਬਾਣੀ ਵੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੱਲ ਦੇਖਦਾ ਵੀ ਇਹ ਜਿਹੜੇ ਮੈਨੂੰ ਅੱਜ ਅੰਦਰ ਇੱਦਾਂ ਦਾ ਕੁਛ ਹੋ ਰਿਹਾ ਇਹ ਕਦੀ ਪਹਿਲਾਂ ਹੋਇਆ ਹੀ ਨਹੀਂ ਅਤੇ ਕਹਿੰਦਾ ਮੇਰੇ ਦੇਖਦੇ ਦੇਖਦੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚੋਂ ਵਾਸੂ ਭਰਦਵਾਜ ਕਹਿੰਦਾ ਇੱਕ ਜੋਤ ਪ੍ਰਗਟ ਹੋ ਗਈ ਪਿਆਰੇ ਇੱਕ ਜੋਤ ਕਹਿੰਦਾ ਜੋਤ ਪ੍ਰਗਟ ਹੋਈ ਇਹ ਵਾਸੂ ਭਰਦਵਾਜ ਖੁਦ ਵੀ ਬੋਲਦਾ ਕਹਿੰਦਾ ਉਹ ਜੋਤ ਦੀ ਲੋ ਦੇ ਵਿੱਚ 7-8 ਮਿੰਟ ਜੋਤ ਗੁਰੂ ਗ੍ਰੰਥ ਸਾਹਿਬ ਦੇ ਉੱਪਰੇ ਰਹੀ ਕਹਿੰਦਾ ਉਹ ਜੋਤ ਦੀ ਰੋਸ਼ਨੀ ਦੇ ਵਿੱਚ ਪਾਠੀ ਸਿੰਘ ਨੇ ਪਾਠ ਵੀ ਕੀਤਾ ਕਹਿੰਦਾ ਮੈਂ ਵੇਖਿਆ ਮੇਰੇ ਹੱਥ ਜੁੜ ਗਏ ਹੱਥ ਜੋੜ ਕੇ ਕਹਿੰਦਾ ਮੈਂ ਉਸ ਵੇਲੇ ਬਹਿ ਗਿਆ ਵਾਸੂ ਭਰਦਵਾਜ ਕਹਿੰਦਾ ਕਹਿੰਦਾ ਜਦੋਂ ਮੈਂ ਉਹ ਜੋਤ ਵੇਖੀ ਮੇਰੇ ਹੱਥ ਜੁੜ ਗਏ ਕਹਿੰਦਾ ਉਹ ਜੋਤ ਮੇਰੇ ਵੱਲ ਆਉਣ ਲੱਗ ਗਈ ਦੋ ਹਿੱਸਿਆਂ 'ਚ ਹੋ ਕੇ ਮੇਰੇ ਦੋਨਾਂ ਹੱਥਾਂ ਵਿੱਚ ਸਮਾ ਗਈ ਜੋਤ ਵਾਸੂ ਭਰਦਵਾਜ ਕਹਿੰਦਾ ਮੈਂ ਹੈਰਾਨ ਸੀ ਕਹਿੰਦਾ ਜਦੋਂ ਜੋਤ ਮੇਰੇ ਹੱਥਾਂ ਵਿੱਚ ਸਮਾਈ ਕਹਿੰਦਾ ਅਚਨਚੇਤ ਮੈਨੂੰ ਦਿਖਣਾ ਬੰਦ ਹੋ ਗਿਆ ਅੱਖਾਂ 'ਤੇ ਐਨਕ ਲੱਗੀ ਹੋਈ ਸੀ 6 ਨੰਬਰ ਦੀ ਐਨਕ ਸੀ ਮੋਟੇ ਮੋਟੇ ਸ਼ੀਸ਼ੇ ਸੀ 7 ਨੰਬਰ 'ਤੇ ਤਕਰੀਬਨ ਬੰਦਾ ਅੰਨਿਆਂ ਵਰਗਾ ਹੀ ਹੋ ਜਾਂਦਾ ਵਾਸੂ ਭਰਦਵਾਜ ਕਹਿੰਦਾ ਮੈਨੂੰ 6 ਨੰਬਰ ਦੀ ਐਨਕ ਸੀ ਕਹਿੰਦਾ ਦਿਖਣਾ ਬੰਦ ਹੋਇਆ ਕਹਿੰਦਾ ਮੈਂ ਅੱਖਾਂ ਤੋਂ ਐਨਕ ਉਤਾਰੀ ਕਹਿੰਦਾ ਜਦੋਂ ਮੈਂ ਸ਼ੀਸ਼ੇ ਕੀਤੇ ਸਾਫ ਕਹਿੰਦਾ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਐਨਕ ਲਾਈ ਮੈਨੂੰ ਬਿਨਾਂ ਐਨਕ ਤੋਂ ਹੀ ਅੱਖਾਂ ਤੋਂ ਦਿਸਣ ਲੱਗ ਗਿਆ ਬਿਨਾਂ ਐਨਕ ਤੋਂ ਗੁਰੂ ਰਾਮਦਾਸ ਦੀ ਸ਼ਕਤੀ ਵਰਤੀ ਬਿਨਾਂ ਐਨਕ ਤੋਂ ਦਿਖਣ ਲੱਗ ਗਿਆ ਅੰਨੇ ਨੂੰ ਰਾਹ ਮਿਲ ਗਿਆ ਪਿਆਰਿਓ ਕਹਿੰਦਾ ਮੇਰਾ ਖੱਬਾ ਕੰਨ ਬੋਲਾ ਸੀ ਰੇਸ਼ੇ ਦੀ ਮੈਨੂੰ ਬਿਮਾਰੀ ਸੀ ਕਈ ਸਾਲਾਂ ਤੋਂ ਬੰਦ ਸੀ ਕਹਿੰਦਾ ਮੈਂ ਸੱਜਾ ਕੰਨ ਬੰਦ ਕੀਤਾ ਕਹਿੰਦਾ ਮੈਂ ਹੈਰਾਨ ਰਹਿ ਗਿਆ ਮੇਰੇ ਖੱਬੇ ਕੰਨ ਤੋਂ ਮੈਨੂੰ ਬਾਣੀ ਪਈ ਸੁਣਦੀ ਹੈ ਫਿਰ ਪਿਆਰਿਓ ਜਿਹਨੂੰ ਡਾਕਟਰਾਂ ਨੇ ਕਿਹਾ ਸੀ ਨਾ ਬਹਿਣਾ ਨਹੀਂ 3 ਦਿਨ ਵਾਸੂ ਭਰਦਵਾਜ ਅਖੰਡ ਪਾਠ ਸਾਹਿਬ ਸੁਣ ਕੇ ਆਪਣੇ ਪੈਰਿਆਂ 'ਤੇ ਜਿਹਨੂੰ 4 ਬੰਦੇ ਚੱਕ ਕੇ ਲੈ ਕੇ ਆਏ ਸੀ ਨਾ ਆਪਣੇ ਪੈਰਾਂ 'ਤੇ ਤੁਰ ਕੇ ਆਪਣੇ ਘਰ ਵਾਪਸ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਸੀ ਗੁਰੂ ਦੇ ਬਾਣੀ ਵਿੱਚ ਬਖਸ਼ਿਸ਼ ਹੈ ਅੰਨਿਆਂ ਨੂੰ ਰਾਹ ਮਿਲ ਜਾਂਦਾ ਪਿਆਰਿਓ ਸੁਣਿਆ ਅੰਧੇ ਪਾਵੇ ਰਾਹ ਅੰਨਿਆਂ ਨੂੰ ਰਸਤਾ ਮਿਲ ਜਾਂਦਾ ਉਹ ਜਿਹੜਾ ਰੱਬ ਨੂੰ ਨਹੀਂ ਸੀ ਮੰਨਦਾ ਉਹਨੂੰ ਵੀ ਰੱਬ ਦੀ ਪ੍ਰਾਪਤੀ ਹੋ ਗਈ ਸੋਝੀ ਹੋ ਗਈ ਉਹਨੂੰ ਗਿਆਨ ਮਿਲ ਗਿਆ ਉਹ ਵਿਦਵਾਨ ਉਹ ਸਾਇੰਟਿਸਟ ਉਹ ਵੀ ਕਹਿੰਦਾ ਵੀ ਪਰਮੇਸ਼ੁਰ ਦੀ ਸੱਤਿਆ ਸਾਰੇ ਕਿਤੇ ਮੌਜੂਦ ਹੈ ਸੋ ਮੇਰੇ ਗੁਰੂ ਨਾਨਕ ਕਹਿੰਦੇ ਸੁਣਿਆ ਅੰਧੇ ਪਾਵੇ ਰਾਹ ਅਗਿਆਨੀ ਮੂਰਖ ਅੰਨਾ ਨਾਮ ਅਗਿਆਨੀ ਦਾ ਵੀ ਹੈ ਅਗਿਆਨੀ ਨੂੰ ਵੀ ਅੰਨਾ ਹੀ ਕਹਿ ਦਿੰਦੇ ਹੈ ਕਹਿੰਦੇ ਅਗਿਆਨੀ ਨੂੰ ਰੱਬ ਦੀ ਮਹਿਮਾ ਸੁਣ ਕੇ ਰੱਬ ਦੇ ਨਾਮ ਨੂੰ ਸੁਣ ਕੇ ਸਾਰੇ ਗਿਆਨ ਉਹਦੇ ਅੰਦਰ ਹੀ ਪੈਦਾ ਹੋ ਜਾਂਦੇ ਨੇ ਸੁਣਿਆ ਅੰਧੇ ਪਾਵਹੇ ਰਾਹ ਅੱਗੇ ਗੁਰਦੇਵ ਕਹਿੰਦੇ ਸੁਣਿਆ ਹਾਥ ਹੋਵੇ ਉਸ ਗਾਹੋ ਰੱਬ ਦੇ ਨਾਮ ਨੂੰ ਸੁਣ ਕੇ ਆ ਸੰਸਾਰ ਰੂਪੀ ਸਮੁੰਦਰ ਕਹਿੰਦੇ ਇਹ ਇੱਦਾਂ ਤਰਜਦਾ ਜਿਵੇਂ ਛੋਟੇ ਜਿਹੇ ਹੱਥ ਜਿੱਡਾ ਹੀ ਹੋਵੇ ਭਵ ਸਾਗਰ ਐਂ ਤਰਜੀਦਾ ਡੂੰਘਾ ਗਿਆਨ ਪ੍ਰਾਪਤ ਹੋ ਜਾਂਦਾ ਹਾਥ ਹੋਵੇ ਅਸਗਾਹ ਹੋ ਤੇਰੇ ਹੱਥਾਂ ਵਿੱਚ ਉਹ ਡੂੰਘਾ ਗਿਆਨ ਜਿਹੜਾ ਕਦੇ ਕਿਸੇ ਨੂੰ ਨਹੀਂ ਮਿਲਿਆ ਜਿਹੜਾ ਬਹੁਤ ਜੋਗੀ ਬੜੇ ਵਿਦਵਾਨ ਬੜੇ ਗ੍ਰੰਥ ਪੜ੍ਹ ਪੜ੍ਹ ਕੇ ਕੋਸ਼ਿਸ਼ ਕਰਦੇ ਨੇ ਉਹ ਗਿਆਨ ਦੀ ਪ੍ਰਾਪਤੀ ਹੋਵੇ ਕਹਿੰਦੇ ਰੱਬ ਦਾ ਨਾਮ ਸੁਣ ਕੇ ਉਹ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਸੁਣਿਆ ਹਾਥ ਹੋਵੇ ਅਸਗਾਹ ਹੋ ਰੱਬ ਦੇ ਨਾਮ ਨੂੰ ਸੁਣ ਕੇ ਕਹਿੰਦੇ ਹੱਥ ਜਿੱਡਾ ਹੀ ਉਹ ਗਿਆਨ ਹੋ ਕੇ ਤੇਰੀ ਸੁਰਤ ਵਿੱਚ ਵੱਸ ਜਾਂਦਾ ਹੈ ਸੁਣਿਆ ਹਾਥ ਹੋਵੇ ਅਸਗਾਹ ਹੋ ਸੰਸਾਰ ਰੂਪ ਭਵ ਸਾਗਰ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ